अस्सलामुअलैकुम जी दोस्तों, ते दोस्तों देखो आवाज और पिक्चर क्वालिटी ठीक है ताकि तुहानू चंद एक कबूतर दा इत्थे चीमा साहब वाल मेरे फेवरेट कबूतर लगे है उन्हां दा शौक कराना है। तुहानू दस्सिया है कि घर तकरीबन कोई 200 जोड़े का सैटअप होर वधाया, अलहमदुल्ला मेरे को तकरीबन कोई 225-200 लगा सी, हुण 150-250 जोड़ा होर लाना इंशाल्लाह ताला क्रॉस दे विच ब्रीडिंग लई। सियालकोट तो कुछ कबूतर लियांदे ने, सियालकोटी कबूतर वो चीमा साहब कोल इत्थे छड्डे ने, जिस ने खुड्डे कंप्लीट होणगे कोई 5-4 दिनां च तो पहले पहले फिर इत्थों वापस जाणगे। तो इत्थे काफ़ी कबूतर ने मेरे वाले और इन्हां नूं दोबारा शौक पा रहे हैं चीमा साहब नूं, मैं कि हौली हौली इन्हां कबूतरां वल वापस आ जाओ। आ कबूतरी है कि कबूतर आ सलेटी के पिछे ए भी फड़ना इन कहना। हाँ जी, तो लो जी तुहानूं मैं कैमरे का रुख कर दवां पहले चीमा साहब वल, गल्लां बातां बाद च करांगे। रोज़ा है और सारा दिन भी बड़ा टिके लगा अज, तो तुहानूं चंद कबूतरां दा ही शौक करवाना वा, टैडी कबूतरां दा खास कर। जी चीमा साहब कराओ शौक, पढ़ो मैं वीडियो बनाना ना, तुसीं पढ़ो लेओ नहीं कराया जाना क्या पढ़ो। अच्छा जी दोस्तों, 5-4 कबूतर ने चीमा साहब को मेरे फेवरेट, मैं कहा यार तुसी नहीं मोबाइल अगे पिछे करना, एक जगह पर जिथे खिलाना ना उत्थे खिला लो, मैं कबूतर अगे पिछे करना। देखो तुसी भी शौक करो, दस्यो मैनू के की उहदा नाम है, तुहानू कैसे लगे ने, तुहाडी की राय है। चीमा साहब उत्थों अंगूठा ला के ना करीब करो, अख नू खिचो खिचो, नहीं नहीं मोबाइल नहीं अगे पिछे करना, विचों जूम इन करना। लो जी 10 नंबर कबूतर है, क्या बात है जी, दूर करो जी। और ना पूरे गेटस का कबूतर है माशाल्लाह, चीमा साहब दे कोल बचा के रखाया होया, मैं कह यार कबूतर की नस्ल बनाओ, ये देना नहीं किसी नूं, बच्चे बुच्चे कढ़ा रहे ने, काफी माशाल्लाह बेहतरीन रिजल्ट आया बच्चे दे विच, माशाल्लाह उड्डे भी बड़े जे, ते तीन रोके ने हुण, मैं दो पट्ठे ने एक पट्ठी। अच्छा तुहानू पता टैडी कबूतर ऐसे ने, हर मौसम दे कबूतर ने। होर कबूतर ने दसो केड़ा फड़े, ਉਹ ਪਰਦੇਸੀ ਲਿਆ ਫੜ, ਜਿਹੜਾ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਉਹ ਫੜੋ। ਲਾਲ ਠਾਲ ਵਾਲਾ ਕਿਹੜਾ, ਗੁਲਾਬੀ ਠਾਲ ਵਾਲਾ ਉਹ ਫੜੋ ਪਹਿਲੇ। ਲਿਆ ਮੈਨੂੰ ਫੜਾ ਦੋ ਕਬੂਤਰ, ਇਹ ਫੜ ਲੈ ਕਦੀ ਛੱਡ ਦੇ ਇਸ ਪਾਸੇ ਛੱਡ, ਉਹ ਦੂਜੇ ਨੰਬਰ ਵਾਲਾ ਕਬੂਤਰ ਫੜੋ, ਲਾਲ ਤੇ ਪੀਲੀ ਚਿੱਟੀ ਠਲ ਪਈ ਜੀ, ਉਹ ਟੈਡੀ ਕਬੂਤਰ ਲੈ ਕੇ ਆ। ਲਓ ਜੀ ਇਹਦਾ ਮਾਸ਼ਾਅੱਲਾ ਬੱਚਾ ਨਾ ਹੁਣ ਕਾਲੀ ਕੜੀ ਵਾਲਾ ਉੱਥੇ ਗੁਜਰਾਤ ਨਾ, ਹੂੰ ਤਿੰਨੇ ਬਾਦੀਆਂ 6 ਤੋਂ ਪਾਰ ਬੈਠਾ ਹੈ ਜੀ। ਚੰਗਾ ਕਲਿੱਕ ਕਰੋ ਅੱਖ ਤੇ, ਨਹੀਂ ਬਸ ਕਲਿੱਕ ਕਰ ਦਿਓ, ਓਕੇ ਦੇਖੋ ਅੱਖਾਂ ਕਿੰਨਾ ਬਲਦੀਆਂ ਨੇ ਇਹਨਾਂ ਡੈਡੀ ਨਰਾਂ ਦੇ ਨਾਲ, ਕੋਈ ਲੱਗੀਆਂ ਹੋਣ ਨਾ ਸੈਲਕੋਟਨ ਮਾਦੀਆਂ, ਛੱਤ ਵਾਲੀਆਂ ਜਾਂ ਬਟੇਰੀਆਂ, ਯਕੀਨ ਕਰੋ ਹਨੇਰੇ ਦੇ ਵਿੱਚ ਠੱਕ ਠੱਕ ਕਰਕੇ ਬਹਿਣ ਬੱਚੇ, ਦੂਰ ਕਰੋ ਜੀ ਮਸ। ਦੋਸਤੋ ਤੁਸੀਂ ਵੀ ਦੱਸਣਾ, ਆਪਣੀ ਰਾਏ ਵੀ ਜ਼ਰੂਰ ਦੇਣਾ ਕਿ ਵੀ ਮੈਂ ਜਿਹੜੇ ਕਬੂਤਰ ਇਹਨਾਂ ਕੋਲ ਰੁਕਵਾਏ ਨੇ ਜਾਂ ਉਹਨਾਂ ਦੀ ਮੈਂ ਬਰੀਡ ਇਹਨਾਂ ਨੂੰ ਕਿਹਾ ਵਧਾਓ, ਕਿਹਾ ਵਾਕਈ ਕਬੂਤਰ ਨੇ। ਚੀਮਾ ਸਾਹਿਬ ਨੇ ਇਹਦੀ ਗਵਾਹੀ ਤਾਂ ਦੇ ਦਿੱਤੀ ਕਿ ਇਹਦੇ ਬੱਚੇ ਮਾਸ਼ਾਅੱਲਾ ਉੱਥੇ ਸ਼ਾਮ ਤੱਕ ਬਹਿ ਰਹੇ। ਚੀਮੇ ਕੋਲ ਬਹੁਤ ਅੱਛੇ ਕਬੂਤਰ ਨੇ ਮਾਸ਼ਾਅੱਲਾ, ਕੰਮ ਵੀ ਕਰਦੇ ਨੇ ਔਰ ਪਰਫਾਰਮਰ ਵੀ ਨੇ। ਉੱਤੇ ਮੈਂ ਨੰਬਰ ਦੇ ਦਿੱਤਾ ਚੀਮਾ ਸਾਹਿਬ ਦਾ ਉਹਦੇ ਡਿਸਕ੍ਰਿਪਸ਼ਨ ਦੇ ਵਿੱਚ, ਅਤੇ ਦੇਖੋ ਤੁਸੀਂ ਵੀ ਇਹਨਾਂ ਨਾਲ ਰਾਬਤਾ ਵੀ ਕਰੋ। ਦਿਖਾਓ ਜੀ, ਦਿਖਾ ਭਾਈ ਉਹ ਲਿਆ ਫੜ ਕੇ, ਤੁਸੀਂ ਫੋਨ ਫੜ ਹੀ ਰਹਿੰਦੇ ਨਾ, ਮੈਂ ਉਹਨੂੰ ਆਪੀ ਕਬੂਤਰ ਫੜਾ, ਦੂਸਰੇ ਨੰਬਰ ਵਾਲਾ ਫੜ ਯਾਰ, ਦੂਸਰੇ ਨੰਬਰ ਚਿੱਟੀ ਠੱਲ ਵਾਲਾ ਲੈ ਗਿਆ। ਇੱਕ ਆ ਦੀਵਾਰ ਦੇ ਨਾਲ ਥੱਲੇ ਬੈਠਾ ਸਲਾਰਾ ਜਿਹਾ ਵੀ ਲਿਆ, ਲੋ ਜੀ ਪਿਆਰਿਓ ਟੈਡੀ ਨਰ ਜੇ ਆ ਮਾਸ਼ਾਅੱਲਾ।
ਲਿਆਓ ਬਾਈ ਲੋ ਜੀ ਇਹ ਹੁਣ ਤੱਕ ਜਿੰਨੇ ਵੀ ਤੁਸੀਂ ਤਿੰਨ ਦੇਖ ਲਏ ਚਾਰ ਦੇਖ ਲਏ ਆ ਉਹਨਾਂ ਦਾ ਸਭ ਦਾ ਸੁਪਰ ਸਟਾਰ ਆ ਕੀ ਕਹਿੰਦੇ ਚੀਮਾ ਸਾਹਿਬ ਇਹਨੂੰ ਜੀ ਆ ਮੇਰੇ ਉਹ ਜਿਹੜੇ ਵੱਡੇ ਕਬੂਤਰ ਨਾ ਕਰੀਬ ਕਰੋ ਸਰ ਇਹਨੂੰ ਨਹੀਂ ਨਹੀਂ ਫਿਰ ਉੱਥੇ ਗਰੀ ਜਾਂਦੇ ਵਿੱਚੋਂ ਕਰੀਬ ਕਰੋ ਨਹੀਂ ਨਹੀਂ ਤੂੰ ਹਾਂਜੀ ਦੂਰ ਕਰੋ ਸਰ ਸਭ ਤੋਂ ਵੱਡੀ ਗੱਲ ਇਹ ਕਿ ਪੱਕੀਆਂ ਅੱਖਾਂ ਪੱਕੀਆਂ ਨੋਕਾਂ ਪੱਕੇ ਰੰਗਾਂ ਦੇ ਕਬੂਤਰ ਨੇ ਸਾਹਮਣੇ ਸਲਾਰੀ ਮਾਦੀ ਸਲਾਰਾ ਨਾਰੇ ਵੱਡਾ ਫੜ ਕੇ ਲਿਆਓ ਫਿਰ ਪਹਿਲੇ ਨੰਬਰ ਵਾਲਾ ਲੋ ਜੀ ਦੋਸਤੋ ਇਹ ਵੀ ਦਸ ਨੰਬਰ ਕਬੂਤਰ ਜੇ ਡੈਡੀ ਧੋਖਾ ਜਗਮਗ ਕਰਦੀਆਂ ਗੀਆਂ ਦੂਰ ਕਰੋ ਮਾਸ਼ਾਅੱਲਾ ਲਿਆਓ ਜੀ ਇੱਧਰ ਛੱਡ ਹਮਜ਼ਾ ਉਹ ਲਾਹੌਰ ਵਾਲਾ ਕਬੂਤਰ ਤੇ ਲੈ ਕੇ ਆ ਟੈਡੀ ਜਿਹੜਾ ਲਓ ਸਰ ਦੇਖੋ ਕਬੂਤਰ ਇਹ ਕਿਹੜਾ ਕਬੂਤਰ ਤੁਹਾਨੂੰ ਇਹ ਭਾਵੇਂ ਨੂੰ ਬਾਹਰ ਦੁਬਈ ਵਾਲੇ ਜਿਹੜੇ ਟੈਡੀ ਕਰੀਬ ਕਰੋ ਜ਼ਰਾ ਇਹ ਦੋ ਭਰਾ ਨੇ ਹਮਜ਼ਾ ਇਹਦਾ ਦੂਸਰਾ ਭਰਾ ਨਾ ਕਰੋ ਜ਼ਰਾ ਇੱਥੇ ਬੈਠਾ ਹੋਣਾ ਉਹ ਵੀ ਲੈ ਕੇ ਆ ਲੱਖਾ ਕਿਹੜਾ ਕਬੂਤਰ ਹੈ ਕਿਹੜਾ ਭਾਵੇਂ ਹੈ ਉਰੇ ਖਲੋਤਾ ਜਿਹੜਾ ਨਨਕਾਣੇ ਵਾਲਾ ਕਬੂਤਰ ਜਿਹਦਾ ਮੈਂ ਤੁਹਾਨੂੰ ਇੱਕ ਵਾਰੀ ਫੋਨ ਕੀਤਾ ਸੀ ਭਾਵੇਂ ਨੂੰ ਕਬੂਤਰ ਮੇਰੇ ਕੋਲ ਤੇ ਲੈ ਜਾਓ ਆ ਕੇ ਤੁਸੀਂ ਕਿਹਾ ਸੀ ਬਸ ਆਪਣੇ ਘਰ ਹੀ ਹੈ ਤੇ ਰੱਖ ਉੱਥੇ ਅੱਛਾ ਆਹ ਸਟੈਡੀ ਦਾ ਨਾ ਇੱਥੇ ਭਾਈ ਹੋਣਾ ਹੀ ਇੱਕ ਉਹ ਵੀ ਫੜ ਕੇ ਲਿਆ ਆਹ ਦੇਖੋ ਜ਼ਰਾ ਇੱਧਰ ਕਰੋ ਮਾਸ਼ਾਅੱਲਾ ਚੀਮਾ ਸਾਹਿਬ ਹੁਣ ਇੱਕ ਵਾਰੀ ਉੱਥੇ ਜਾਓ ਆਪ ਹੀ ਇਹਨਾਂ ਸਕੂਨ ਨਾਲ ਜਿੱਥੇ ਜਿੱਥੇ ਖੜੇ ਸਾਰਿਆਂ ਦੀ ਵੀਡੀਓ ਬਣਾਓ ਪੂਰੇ 5 ਮਿੰਟ ਅਸਲ ਤੇ ਰਸ਼ ਜ਼ਿਆਦਾ ਉਹ